ਲਾਦਾ ਨਸੀਬ ਕਰੇ ਚਾਹ ਤਾਂ ਆਪਣੇ ਵਾਲਾ ਬਾਪੂ ਜੀ ਨੇ ਚੰਦ ਮਾਰੀ ਸਾਡੀ ਰੋਟੀ ਵਿੱਚ ਲੱਗ ਨਾਲੇ ਤੈਨੂੰ ਵੀਰਾ ਪੰਜਾਹ ਹੀ ਕਹਿੰਦਾ ਸੀ ਇਹਨਾਂ ਦੇਰਿਆਂ ਵਿੱਚ ਕੋਈ ਸੰਤ ਸੁੰਤ ਨਹੀਂ ਰਹਿੰਦਾ ਲੁੱਚੇ ਲਫੰਡਿਆਂ ਨਾਲ ਭਰਿਆ ਪਿਆ ਹੈ ਡੇਰਾ ਵੀਰਾ ਮੇਰੇ ਨਾਲ ਹੀ ਆਇਆ ਬਾਹਰ ਸਕੂਟਰ ਖੜਾ ਕਰਨ ਗਿਆ ਵਾ ਨਾਲੇ ਉਦੋਂ ਤੂੰ ਵੀ ਇਹਨਾਂ ਸੱਪਾਂ ਨੂੰ ਦੁੱਧ ਪਿਆਉਣੀ ਨਹੀਂ ਸੀ ਖੜਗੀ ਮੇਰੀ ਤਾਂ ਮਾਤੀ ਮਾਰੀ ਗਈ ਸੀ ਹੁਣ ਤੁਸੀਂ ਅੰਦਰ ਜੇ ਬਾਪੂ ਜੀ ਕੋਲ ਜਾਵੋਗੇ ਮਿਹਨਤ ਤਰਲਾ ਕਰ ਲਿਓ ਮਿਹਨਤ ਨਾ ਘਰੇ ਲੈ ਕੇ ਆਇਓ ਨਾ ਵੀਰੇ ਨੂੰ ਨਾਲ ਲੈ ਕੇ ਜਾਇਓ ਉਹ ਨਹੀਂ ਵੀਰਾ ਕੰਮ ਖੂਨ ਹੈ ਉੱਥੇ ਵੱਧ ਘੱਟ ਬੋਲ ਪਿਆ ਹੋਰ ਸਿਆਪਾ ਪੈ ਜੂ ਮੈਂ ਤਾਂ ਫਿਰ ਵੀ ਡੇਰੇ ਵਾਲਿਆਂ ਤੋਂ ਤੇ ਬਾਪੂ ਜੀ ਤੋਂ ਭੋਗ ਵਾਲਦੇ ਦੀ ਮਾਫ਼ੀ ਮੰਗ ਲਓ ਚੱਲ ਨਸੀਬ ਕਰੇ ਮੈਂ ਬਾਪੂ ਜੀ ਨੂੰ ਲੈ ਕੇ ਆਉਣਾ ਤੁਸੀਂ ਮਿਹਨਤ ਨਾਲ ਲੈ ਕੇ ਆਇਓ ਘਰ ਨੂੰ ਚਲੋ ਮੈਂ ਬਾਪੂ ਜੀ ਨੂੰ ਲੈ ਕੇ ਆਉਣਾ ਉਹ ਬਈ ਸਾਨੂੰ ਤਾਂ ਪਤਾ ਨੀ ਲੱਗਿਆ ਆ ਜਾ ਤੈਨੂੰ ਪ੍ਰਬੰਧਕਾਂ ਨੂੰ ਬੁਲਾ ਦਿੰਦੇ ਹਾਂ ਉਹ ਜਾ ਲੈਣ ਉਹਨਾਂ ਦਾ ਕੰਮ ਜਾਣੇ ਪ੍ਰਬੰਧਕ ਆਹੋ ਅਸੀਂ ਵੀ ਉਧਰ ਹੀ ਚੱਲੇ ਸੀ ਆ ਜਾ ਸਾਡੇ ਨਾਲ ਹੀ ਆ ਜਾ ਰੁੱਤ ਆਈ ਨੀ ਮਾਂ ਕੈਸੀ ਰੁੱਤ ਆਈ ਨੀ ਮਾਂ ਕੈਸੀ ਰੁੱਤ ਆਈ ਨੀ ਮਾਂ ਕੈਸੀ ਰੁੱਤ ਆਈ ਨੀ ਮਾਂ ਮੰਦਰਾਂ ਦੇ ਵਿੱਚ ਲੁੱਟਣ ਪਜਾਰੀ ਮੰਦਰਾਂ ਦੇ ਵਿੱਚ ਲੁੱਟਣ ਪਜਾਰੀ ਫੇਰਿਆਂ ਦੇ ਵਿੱਚ ਪਾਈ ਨੀ ਮਾਂ ਕੈਸੀ ਰੁੱਤ ਆਈ ਨੀ ਮਾਂ ਕੈਸੀ ਰੁੱਤ ਆਈ ਨੀ ਮਾਂ ਬਾਬਾ ਜੀ ਇਹ ਕੋਈ ਅਜਾਇਬ ਸਿਉਂ ਆ ਇਹਨੇ ਕਿਸੇ ਅਮਰ ਸਿਉਂ ਨੂੰ ਮਿਲਣਾ ਕਹਿੰਦਾ ਮੇਰਾ ਬਾਪੂ ਆ ਅੱਛਾ ਤਾਂ ਤੁਸੀਂ ਹੋ ਬਾਪੂ ਅਮਰ ਸਾਹਿਬ ਸਿੰਘ ਜੀ ਦੇ ਸਾਹਿਬਜ਼ਾਦੇ ਹਾਂ ਬਾਬਾ ਜੀ ਧੰਨ ਭਾਗ ਅੱਜ ਤਾਂ ਸੱਚੇ ਪਾਤਸ਼ਾਹ ਤੁਹਾਡੇ ਅੰਦਰ ਆਪ ਵਸਿਆ ਜਿਹੜਾ ਤੁਸੀਂ ਡੇਰੇ 'ਚ ਆਏ ਆ ਤੇ ਨਾਲੇ ਬਾਪੂ ਅਮਰ ਸਿਉਂ ਹੋਣਾ ਵਰਗੀ ਰੂਹ ਤਾਂ ਕਿਸੇ ਕਿਸੇ ਵਿੱਚ ਹੈ ਉਹਨਾਂ ਵਰਗਾ ਭਲਾ ਪੁਰਸ਼ ਦੁਨੀਆਂ ਤੇ ਕਿੱਥੇ ਆਉਂਦਾ ਤੇ ਬਾਕੀ ਮੈਂ ਬਾਪੂ ਜੀ ਨੂੰ ਮਿਲਣਾ ਆਇਆ ਸੀ ਅੱਛਾ ਤਾਂ ਮੈਂ ਭੇਜਦਾ ਕਿਸੇ ਨੂੰ ਘਰ ਦੇ ਪਤਾ ਤੁਹਾਡੇ ਬਾਪੂ ਜੀ ਬਾਰੇ ਤੇ ਤੁਸੀਂ ਮੈਂ ਕਰੋ ਤੁਸੀਂ ਬਰਾਜੋ ਇੱਥੇ ਮੈਂ ਭੇਜਦਾ ਕਿਸੇ ਨੂੰ ਹਮੇ ਸੇਵਾਦਾਰਾ ਇਹਨੂੰ ਬਦਾਮਾਂ ਵਾਲਾ ਦੁੱਧ ਪੈ ਜਾਓ ਠੰਡਾ ਨਾ ਬਾਬਾ ਜੀ ਕੋਈ ਨਾ ਬਦਾਮ ਵਾਲੇ ਜਾਵਾਂਗੇ ਹੁਣ ਤੇ ਕਰਨਾ ਆਪਣੇ ਡੇਰੇ 'ਚ ਕਾਹਦਾ ਘਾਟਾ ਆਇਆ ਨਾਗਣੀ ਕਹਿਣ ਤੇ ਆ ਤੋ ਆਪਣੇ ਚੱਪੇ ਪਾਉਂਦੇ ਸਗ ਠੰਡਾ ਠੰਡਾ ਬਦਾਮ ਵਾਲਾ ਦੁੱਧ ਘਰੇ ਤਾਂ ਕਦੇ ਪੀਤਾ ਨੀ ਹੋਣਾ ਮੁਫ਼ਤ ਦਾ ਮਿਲਣਾ ਨਾ ਰੱਜ ਕੇ ਪੀਓ ਰੱਜ ਕੇ ਚੱਕ ਦਿਓ ਫੱਟੇ ਇੰਨਾ ਡੇਰਿਆਂ ਵਿੱਚ ਠੰਡਾ ਠਾਰ ਬਦਾਮਾਂ ਵਾਲਾ ਦੁੱਧ ਤੇ ਇਹਨਾਂ ਦੇ ਦੁੱਧੋ ਚਿੱਟੇ ਕੱਪੜੇ ਅੰਮ੍ਰਿਤ ਵਰਗੀ ਮਿੱਠੀ ਬੋਲੀ ਆਪ ਬੰਦੇ ਦਾ ਮਨ ਮੋਹ ਲੈਂਦੀ ਹੈ ਸਾਹਿਬ ਇਹ ਸਭ ਕਾਸੇ ਨੇ ਮੇਰੇ ਬਾਪੂ ਜੀ ਦਾ ਮਨ ਮੋਹ ਲਿਆ ਹੋਣਾ ਕੱਲਾ ਮੇਰਾ ਬਾਪੂ ਹੀ ਨਹੀਂ ਹਜ਼ਾਰਾਂ ਹੋਰ ਬਾਪੂ ਜਿਹੜੇ ਆਪਣੇ ਧੀਆਂ ਦੇ ਕੰਜਕ ਜਿਹੇ ਹਾਸੇ ਤੇ ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ ਇਹਨਾਂ ਡੇਰਿਆਂ ਵਿੱਚ ਕੈਦ ਕਰਵਾ ਦਿੰਦੇ ਨੇ ਇਹਨਾਂ ਡੇਰਿਆਂ ਵਿੱਚ ਕੈਦ ਕਰਵਾ ਦਿੰਦੇ ਨੇ ਧਰਮ ਕਰਮ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਪਰਮਾਉਂਦੇ ਡੇਰਿਆਂ ਦੇ ਵਿੱਚ ਜਾਏ ਅਜਾਈ ਸਾਰੀ ਕਿਰਤ ਕਮਾਈ ਨਿਵਾ
ਓਏ ਸਿੰਘਾ ਛਕ ਲੈ ਜਲ ਪਾਣੀ। ਹਾਂ ਬਾਬਾ ਜੀ। ਬਾਬਾ ਜੀ, ਬਾਪੂ ਜੀ ਤਾਂ ਬਹੁਤ ਗੁੱਸੇ ਚ ਨੇ। ਬਾਬਾ ਜੀ, ਬਾਪੂ ਜੀ ਤਾਂ ਬਹੁਤ ਹਰਖੇ ਪਏ ਆ। ਉਹ ਕਹਿੰਦੇ ਨਾ ਮੈਂ ਨੀ ਮਿਲਣਾ ਇਸ ਕੰਜਰ ਨੂੰ, ਇਹ ਸ਼ਰਾਬ ਪੀ ਕੇ ਉਹਨਾਂ ਦੀ ਦਾੜੀ ਪੱਟਦਾ ਰਿਹਾ, ਦਾੜੀ ਨਾਲੇ ਉਹਨਾਂ ਦੇ ਪਰਿਵਾਰ ਨੂੰ ਤੰਗ ਕਰਦਾ ਰਿਹਾ ਹੈ। ਉਹ ਕਹਿੰਦੇ ਮੈਂ ਨੀ ਕੰਜਰ ਨੂੰ ਮਿਲਣਾ। ਬਾਬਾ ਜੀ, ਬਾਪੂ ਜੀ ਕਹਿੰਦੇ ਇਸ ਕੰਜਰ ਦੀ ਹੰਡੀ ਪੀਤੀ ਹੋਣੀ ਆ, ਭਾਵੇਂ ਸਭ ਕਹਿ ਦੇਖ ਲਓ। ਨਹੀਂ ਨਹੀਂ ਨਹੀਂ, ਇਹ ਇਸ ਤਰ੍ਹਾਂ ਦੇ ਗਰਮ ਵਿੱਚ ਨਹੀਂ ਗਏ, ਐਵੇਂ ਤੁਹਾਨੂੰ ਭਰਨ ਪਿਆ। ਬਾਬਾ ਜੀ, ਅੱਗੇ ਤੁਹਾਡੀ ਮਰਜ਼ੀ, ਦੇਖ ਲਓ ਵੀ ਤੁਸੀਂ। ਬਾਬਾ ਜੀ ਦੇਖ ਲਓ, ਅੱਖਾਂ ਖੋ, ਅੱਖਾਂ ਤਾਂ ਲਾਲ ਲੱਗ ਗਈਆਂ ਜੀ। ਸਾਹ ਲੈਗਾ ਓਏ, ਸਾਹ ਲੈ। ਆਹ ਮੁਸਕ ਨੂੰ ਮਾਰਦਾ ਜੀ, ਪੀਤੀ ਆ। ਆਏ ਹਾਏ, ਦਾਰੂ ਪੀ ਕੇ ਡਰੇ ਕਿਉਂ ਨਾ? ਮੈਂ ਨਹੀਂ ਪੀਤੀ ਜੀ। ਦਾਰੂ ਪੀਤੀ ਆ ਓਏ? ਨਹੀਂ ਪੀਤੀ। ਆ ਦੇਖੋ ਮਾਤਾ ਜੀ, ਨਹੀਂ ਪੀਤੀ। ਆ ਦੇਖੋ ਮਾਤਾ। ਅੱਛਾ ਜੇ ਫਿਰ ਇਹ ਗੱਲ ਹੈ ਤਾਂ ਹੁਣ ਸਜ਼ਾ ਤਾਂ ਮਿਲੂਗੀ, ਜੋ ਸੰਗਤ ਦਾ ਹੁਕਮ ਲਾ ਦਿਓ ਸੰਗਤ। ਸਾਰੇ ਦਾਰੂ ਪੀ ਕੇ ਡਰੇ ਜਾ ਗਿਆ। ਮੈਂ ਵੀ ਦਾਰੂ ਪੀਤੀ, ਰੋਟੀ ਪੀਤੀ ਆ। ਅਸੀਂ ਤਾਂ ਰਾਤ ਨੂੰ ਪੀਂਦੇ ਆ। ਮੈਂ ਲੈ ਪੀਂਦੇ ਤੇਰੇ ਨੂੰ ਫਟਾ ਦਾਰੂ ਦੇ। ਹੋਰ ਯਾਰ ਤੀਆਂ ਦਾ ਸਰਾਣਾ ਆ ਬੜੇ ਚੱਕ। ਐਂ ਨਹੀਂ ਇਹਨੇ ਲੋਕ ਉਠਾਉਣਾ, ਵਿਆਹ ਸੰਗ ਵਾਲਿਆਂ ਨੂੰ ਵਧੀਏ। ਲੱਤ ਵੀ ਬੰਨ, ਹੋਰ ਨਾ ਮਾਰੇ ਆਪਣੇ। ਪਤਾ ਲੱਗ ਜੂ ਸਾਰਾ ਪੰਗੇ ਲੈਣ ਦਾ। ਹੁਣ ਰੈਲੀ ਉੱਤੇ ਖੱਪਣ ਪਾੜੇ ਮਰੇਗਾ ਕੰਜਰ ਦਿਆ, ਝੁਲਸ ਲਈ ਆ ਦੁੱਧ ਭੁੱਖਾ ਮਰੇਗਾ। ਭੇਡੂ ਜੇ ਆ ਆਹ, ਹੁਣ ਇੰਨੀ ਬੇਇੱਜ਼ਤੀ ਤੋਂ ਬਾਅਦ ਤਾਂ ਖੱਪਣੀ ਚਾਹੀਦਾ। ਮੈਂ ਲੱਤ ਗਈ ਸ਼ਰਾਬ, ਹੁਣ ਵੱਡਿਆ ਸ਼ਰਾਬੀਆ। ਨਾਲੇ ਇੱਕ ਗੱਲ ਕੰਨ ਸੋ ਖੋਲ ਕੇ ਸੁਣ ਲਾ, ਬਾਪੂ ਅੰਮ੍ਰਿਤਸਰ ਤੇਰੇ ਇਕੱਲੇ ਦਾ ਬਾਪੂ ਨਹੀਂ, ਹੁਣ ਉਹ ਸਾਰੇ ਪਿੰਡ ਦਾ ਬਾਪੂ ਆ। ਜੇ ਉਹਦੇ ਬਾਰੇ ਕੋਈ ਉੱਚੀ ਨੀਵੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਰਗੜ ਕੇ ਰੱਖ ਲੈਂਗੇ ਇਸ ਹਿਸਾਬ ਨਾਲ ਹੀ। ਵੱਡਾ ਪੈਲੀ ਕੀ ਇਹ ਵੀ ਪਾਸਾ ਨਹੀਂ? ਉਹ ਕੀ ਕਿਹਾ ਕੰਜਰ ਦਿਆ? ਉਹ ਤੇਰੀ ਜ਼ੁਬਾਨ ਨਾਲ ਸੜ ਗਈ ਤੇਰੀ। ਕਿੱਥੇ ਸਾਡਾ ਪਾਸ਼ਾ, ਕਿੱਥੇ ਇਹ ਸਕਿਉਰਟੀ ਚਾਰਜ ਦੁਆਨੀ ਦਾ? ਤੇਰੀ ਆ ਯਾਰ ਸਾਹ, ਮੈਨੂੰ ਯਾਰ ਦੁਖੀ ਕੀਤਾ ਪਿਆ ਨੇ। ਮੈਂ ਜਾਂਦਾ ਕੁਛ ਖਾ ਪੀਆ ਵਾ, ਨਾਲੇ ਦਰਸ਼ਨ ਪਾਸ਼ਨ ਕਰਿਆ ਵਾ। ਸਰ ਮੈਂ ਸੁਖਵਿੰਦਰ ਸੁਖੀ ਹਾਂ ਸਰ, ਮੈਂ ਸਮਰਾਲੇ ਤੁਹਾਡੇ ਕੋਲ ਪੜ੍ਹਦਾ ਰਿਹਾ ਸਰ। ਲੱਗਦਾ ਤੁਸੀਂ ਮੈਨੂੰ ਸਿਆਣਿਆ ਨਹੀਂ ਸਰ। ਆ ਸਮਾਨ ਸਾਂਭੋ ਸਰ ਤੁਸੀਂ ਆਪਦਾ, ਮੈਂ ਤੁਹਾਨੂੰ ਹੁਣੇ ਦੇਖਿਆ ਸੀ ਸਰ। ਮੈਂ ਤੁਹਾਨੂੰ ਹੁਣੇ ਦੇਖਿਆ, ਮੈਂ ਸੁਖਵਿੰਦਰ ਸੁਖੀ ਸਮਰਾਲੇ ਤੁਹਾਡੇ ਕੋਲ ਪੜ੍ਹਦਾ ਰਿਹਾ। ਸੁਖੀ ਬੇਟੇ, ਤੇ ਆਹ ਮੰਤਰੀ ਜੀ ਨੇ ਪਿਛਲੇ ਵਾਰੀ ਐਮਪੀ ਵੀ ਰਹੇ ਆ, ਐਤਕੀ ਫੇਰ ਮੰਤਰੀ ਬਣ ਗਏ। ਉਹਨਾਂ ਨੂੰ ਵੀ ਮੈਂ ਮਿਲਾਉਣਾ ਤੁਹਾਨੂੰ ਸਰ। ਕੀ ਇਹ ਵੀ ਪਾਸਾ ਨੇ? ਸੁਣਿਆ ਤਾਂ ਬਹੁਤ ਸੀ ਵੀ ਡੇਰੇ ਦੇ ਵਿੱਚ ਤਰਕਸ਼ੀਲ ਮਾਸਟਰ ਬਣ ਕੇ ਰੱਖਿਆ ਵਾ, ਅੱਜ ਦੇਖ ਵੀ ਲਿਆ। ਨਾ ਤੁਸੀਂ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਇਹੀ ਕੁਛ ਸਿਖਾਉਂਦੇ ਹੋ? ਸ਼ਰਾਬਾਂ ਪੀਓ, ਮਾਂ ਪਿਓ ਦੀ ਬੇਇੱਜ਼ਤੀ ਕਰੋ, ਪਰਿਵਾਰਾਂ ਨੂੰ ਤੰਗ ਕਰੋ,
ਕਿਆਸੀਆਂ ਕਰੋ। ਮਦਦ ਕਰਨ ਦਾ ਤੇਰਾ ਬਹੁਤ ਜੀ ਕਰਦਾ ਸੀ, ਪਰ ਇਸ ਹਾਲਾਤ ਦੇ ਵਿੱਚ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਤੂੰ ਮਦਦ ਭਾਲਦਾ ਹੈ, ਅਸੀਂ ਤਾਂ ਜਨਤਾ ਵੀ ਲਟਕਾ ਕੇ ਰੱਖੀ ਦੀ ਆ। ਸੁਖੀ ਬੇਟੇ, ਮੈਂ ਸ਼ਰਾਬ ਨਹੀਂ ਪੀਂਦਾ, ਕਿਉਂ ਮੈਨੂੰ ਸ਼ਰਾਬੀ ਸ਼ਰਾਬੀ ਆ ਕੇ ਜਲੀਲ ਕਰਦੇ ਨੇ। ਮੈਨੂੰ ਸਭ ਪਤਾ ਸਰ, ਤੁਸੀਂ ਕੁਛ ਨਾ ਕਹੋ, ਮੈਨੂੰ ਸਭ ਪਤਾ, ਤੁਸੀਂ ਕੁਛ ਨਾ ਕਹੋ। ਤੁਹਾਨੂੰ ਸ਼ਰਾਬ ਕਰਕੇ ਨਹੀਂ ਸੀ ਬੰਨਿਆ ਗਿਆ, ਬੰਨਿਆ ਤੇ ਤੁਹਾਨੂੰ ਇਸ ਕਰਕੇ ਗਿਆ ਸੀ ਕਿ ਤੁਸੀਂ ਕੋਈ ਚਾਰਾ ਜੋਈ ਨਾ ਕਰ ਸਕੋ, ਤੁਸੀਂ ਕੋਈ ਚਾਰਾ ਜੋਈ ਨਾ ਕਰ ਸਕੋ। ਤੁਸੀਂ ਇੱਥੇ ਕਿਵੇਂ ਆਏ ਸੀ ਮਾਸਟਰ ਜੀ? ਮੈਂ ਤਾਂ ਸੁਖੀ ਬੇਟੇ ਬਾਪੂ ਜੀ ਨੂੰ ਮਿਲਣ ਆਇਆ ਸੀ। ਹੁਣ ਕੀ ਫਾਇਦਾ ਬਾਪੂ ਜੀਆਂ ਨੂੰ ਮਿਲਣ ਦਾ ਸਰ? ਜ਼ਮੀਨ ਦੀ ਰਜਿਸਟਰੀ ਤਾਂ ਕਦੋਂ ਦੀ ਆ ਡੇਰੇ ਨਾਲ ਹੋ ਚੁੱਕੀ ਹੋਵੇਗੀ, ਹੁਣ ਕੀ ਫਾਇਦਾ ਹੈ? ਹਾਂ ਹਾਂ, ਤੁਹਾਨੂੰ ਬੰਨਿਆ ਇਸ ਕਰਕੇ ਸੀ ਵੀ ਤੁਸੀਂ ਕੋਈ ਮਗਰ ਪੈਰਵਾਈ ਨਾ ਕਰ ਲਵੋ। ਸ਼ਰਾਬ ਤਾਂ ਉਹਨਾਂ ਦੀ ਵੀ ਪੀਤੀ ਸੀ ਜਿਨ੍ਹਾਂ ਨੇ ਰਾਤੀ ਤੁਹਾਨੂੰ ਬੰਨਿਆ ਸਰ, ਜਿਨ੍ਹਾਂ ਨੇ ਰਾਤੀ ਤੁਹਾਨੂੰ ਬੰਨਿਆ ਸੀ। ਜਾ ਓਏ ਬਾਪੂ, ਇਹ ਕੀ ਕੀਤਾ, ਕਿਉਂ ਕੀਤਾ? ਸਰ ਪਹਿਲਾਂ ਤੇ ਤੁਹਾਡੇ ਬਾਪੂ ਜ਼ਮੀਨ ਡੇਰੇ ਨਾਲ ਕਰਾਉਣ ਲਈ ਮੰਨ ਗਏ ਸੀ, ਪਰ ਬਾਅਦ ਵਿੱਚ ਝੜ ਗਏ। ਤੁਹਾਨੂੰ ਮਿਲਣ ਲਈ ਬਹੁਤ ਸੁਨੇਹੇ ਕੱਲੇ, ਪਰ ਸੁਨੇਹੇ ਦੇਣ ਵਾਲੇ ਵੀ ਇਹਨਾਂ ਦੇ ਬੰਦੇ ਸੀ, ਆ ਕੇ ਆਖ ਦਿੰਦੇ। ਅਜੈਬ ਸਿੰਘ ਕਹਿੰਦਾ, ਮੈਂ ਤਾਂ ਅਮਰ ਸਿੰਘ ਦੀ ਜ਼ਮੀਨ ਤੇ ਥੁੱਕਦਾ ਨਹੀਂ, ਮਰ ਗਿਆ ਸਾਡੇ ਲਈ, ਅਸੀਂ ਉਹਦੇ ਲਈ। ਬਸ ਮੈਨੂੰ ਪਤਾ ਹੀ ਨਹੀਂ ਸੀ ਵੀ ਉਹ ਤੁਹਾਡੇ ਬਾਪੂ ਜੀ ਹੈ, ਜੇ ਪਤਾ ਹੁੰਦਾ ਮੈਂ ਆਪ ਆਉਂਦਾ ਸਰ ਤੁਹਾਡੇ ਕੋਲ ਸੁਨੇਹਾ ਲੈ ਕੇ। ਮੇਰਾ ਵੀਰਾ ਮੈਨੂੰ ਠੀਕ ਹੀ ਕਹਿੰਦਾ ਸੀ। ਵੀਰਾ? ਵੀਰਾ ਆਇਆ ਸੀ ਸਰ, ਤੁਹਾਡਾ ਛੋਟਾ ਬੇਟਾ ਵੀਰਾ। ਹਾਂ, ਪਰ ਬਾਬਾ ਦਿਆ ਸਿੰਘ ਨੇ ਉਹਨੂੰ ਇਹ ਕਹਿ ਕੇ ਮੋੜ ਦਿੱਤਾ ਵੀ ਜ਼ਮੀਨ ਦੇ ਵੇਰਵੇ ਸਾਨੂੰ ਇਸ ਲਈ ਚਾਹੀਦੇ ਸੀ ਕਿ ਅਸੀਂ ਤੇਰੇ ਦਾਦੇ ਨੂੰ ਦੂਰ ਬਲੈਤ ਕਨੇਡਾ ਅਮੈਰੀਕਾ ਦੀ ਸੈਰ ਕਰਾਉਣੀ ਹੈ, ਤੇ ਕੁਦਰਤੀ ਤੇਰੇ ਪਾਪਾ ਆ ਗਏ ਤੇ ਉਹ ਉਹਨੂੰ ਏਅਰਪੋਰਟ ਤੇ ਚੜਾਉਣ ਦਿੱਲੀ ਗਏ, ਕੱਲ ਤੱਕ ਵਾਪਸ ਆ ਜਾਣਗੇ। ਕਿਤੇ ਕੋਈ ਦਾਲ ਫਰਿਆਲ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਇੱਕ ਬੇਨਤੀ ਹੈ, ਬਾਬਾ ਜੀ ਬੀਬੀ ਦਾ ਜੱਥਾ ਲੈ ਕੇ ਐਡਮਿੰਟਨੋਂ ਕਨੇਡਿਓ ਵਾਪਸ ਆ ਗਏ ਨੇ ਭਾਈ, ਜਿਹਨੇ ਨਾਮ ਧਾਨ ਦੀ ਝੋਲੀਆਂ ਭਰਨੀਆਂ ਦਰਸ਼ਨ ਕਰਨੇ ਆ ਭਾਈ ਕਰ ਲਓ। ਇੱਕ ਬੇਨਤੀ ਬਾਬਾ ਜੀ ਵੱਲੋਂ ਹੋਰ ਆਈ ਆ, ਮੂਹਰੇ ਸਿਆਲ ਆਉਂਦਾ ਵਾ ਭਾਈ, ਦੁੱਧ ਜ਼ਰੂਰ ਲੈ ਕੇ ਆਇਓ ਸਾਰੇ, ਖੋਆ ਕੱਢਣਾ ਕੋਈ ਬਿਜਨਾ ਧਰਮ ਵਾਲੀ ਕਿਆਰੀ, ਪਾਪਾ ਵਾਲੇ ਖੇਤ ਬੀਜਲੇ ਪਿਆਰਿਆ, ਪਾਪਾ ਵਾਲੇ ਖੇਤ ਬੀਜਲੇ। ਇਹ ਡੇਰਾ ਹੈ ਕਿ ਪੁੱਛਣ ਖਾਂਦਾ? ਸੁਖੀ ਬੇਟੇ, ਤੂੰ ਇੱਥੇ ਕੀ ਕਰਦਾ ਹੁੰਦਾ? ਪੜ ਬੰਦਾ ਇਹਨਾਂ ਦੇ ਪੜ ਅਖਬਾਰਾਂ ਚ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕੇ ਆ ਜਨਤਾ ਸਾਹਮਣੇ ਲੈ ਕੇ ਜਾਂਦਾ ਸਰ। ਮਾਸਟਰ ਜੀ, ਸਾਡੀ ਵੀ 5 ਕਿੱਲੇ ਜ਼ਮੀਨ ਆ ਡੇਰੇ ਦੇ ਨਾਲ ਲੱਗਦੀ ਸੀ, ਇਹ ਕਹਿ ਕੇ ਡੇਰੇ ਚ ਰਲਾ ਲਈ, ਵੇਟ ਚ ਦੁੱਗਣੀ ਦੇ ਦਿਆਂਗੇ। ਤੇ ਮੇਰਾ ਪਿਓ ਵੇਟ ਦੀ ਤਿਆਰੀ ਕਰਦਾ ਕਰਦਾ ਚੜਾਈ ਕਰ ਗਿਆ ਮਾਸਟਰ ਜੀ, ਤੇ ਮੇਰੀ ਮਾਂ ਇਹਨਾਂ ਦੇ ਡੇਰਿਆਂ ਵਿੱਚ ਲੰਗਰ ਪਕਾਉਂਦੀ ਏ, ਤੇ ਮੇਰਾ ਇੱਕ ਭਾਈ ਇਹਨਾਂ ਦੇ ਡੰਗਰ ਚਾਰਦਾ ਤੇ ਦੂਜਾ ਖੇਤੀ ਕਰਾਉਂਦਾ ਮਾਸਟਰ ਜੀ, ਤੇ ਮੇਰੀ ਮਾਂ ਨੂੰ ਫੇਰ ਆਸਾ, ਹੁਣ ਤੇ ਪਾਤਸ਼ਾਹ ਮਿਹਰ ਕਰ ਦੇਣਗੇ, ਹੁਣ ਤੇ ਪਾਤਸ਼ਾਹ ਮਿਹਰ ਕਰ ਦੇਣਗੇ। ਸੁਖੀ ਬੇਟੇ, ਤੇਰੇ ਪਾਤਸ਼ਾਹ ਦਾ ਸਰੋਵਰ ਆ ਨਾ ਸਰੋਵਰ, ਜੇ ਸਰੋਵਰ ਦੇ ਵਿੱਚੋਂ ਇੱਕ ਪਾਣੀ ਦੀ ਬਾਲਟੀ ਕੱਢ ਲਈਏ ਜਾਂ ਪਾ ਦਈਏ, ਸੁਖੀ ਬੇਟੇ ਸਰੋਵਰ ਨੂੰ ਕੋਈ ਫਰਕ ਨਹੀਂ ਪੈਂਦਾ। ਜਾ ਕਹਿ ਆਪਦੇ ਪਾਤਸ਼ਾਹ ਨੂੰ ਮੇਰੀ ਇੱਕੋ ਇੱਕ ਪਾਣੀ ਦੀ ਬਾਲਟੀ ਮੋੜ ਦੇਵੇ, ਨਹੀਂ ਤਾਂ ਮੈਂ ਉਹਦਾ ਪੱਕਾ ਭਗਤ ਬਣ ਜੂ ਸੁੱਖੀ ਬੇਟੇ, ਨਹੀਂ ਤਾਂ ਮੇਰਾ ਪਰਿਵਾਰ ਰਲ ਜੂ। ਮਾਸਟਰ ਜੀ, ਮੈਂ ਤੁਹਾਨੂੰ ਇਸ ਤਰ੍ਹਾਂ ਟੁੱਟਦਿਆਂ ਹੋਇਆਂ ਨਹੀਂ ਦੇਖ ਸਕਦਾ ਮਾਸਟਰ ਜੀ, ਸਰ ਮੈਂ ਤੁਹਾਨੂੰ ਇਸ ਤਰ੍ਹਾਂ ਟੁੱਟਦਿਆਂ ਹੋਇਆਂ ਨਹੀਂ ਦੇਖ ਸਕਦਾ ਮਾਸਟਰ ਜੀ।
ਤੁਹਾਨੂੰ ਯਾਦ ਹੈ ਜਦੋਂ ਸਮਰਾਲੇ ਤੁਸੀਂ ਪੜਾਉਂਦੇ ਹੁੰਦੇ ਸੀ, ਸਾਨੂੰ ਪੜਾਉਂਦੇ ਹੁੰਦੇ ਸੀ, ਹੱਕ ਦੱਬਣਾ ਧੱਕੇ ਸ਼ਾਹੀ ਤੇ ਹੱਕ ਛੱਡਣਾ ਬੁੱਝਦੀ ਨਹੀਂ ਏ, ਤੇ ਨਾਲੇ ਕਹਿੰਦੇ ਹੁੰਦੇ ਸੀ ਮਾਸਟਰ ਜੀ, ਹੱਕ ਮੰਗਿਆ ਨਹੀਂ ਮਿਲਦੇ, ਹੱਕ ਖੋਣੇ ਪੈਂਦੇ ਆ, ਖੋਣੇ ਪੈਂਦੇ ਆ। ਮਾਸਟਰ ਜੀ, ਕੱਲੀ ਰਜਿਸਟਰੀ ਕਰਾਉਣ ਨਾਲ ਜ਼ਮੀਨ ਕਿਸੇ ਦੀ ਨਹੀਂ ਹੋ ਜਾਂਦੀ, ਜ਼ਮੀਨ ਉਹਦੀ ਹੁੰਦੀ ਆ ਜਿਹਦੇ ਹਰ ਚੱਲਦੇ ਨੇ, ਜ਼ਮੀਨ ਉਹਦੀ ਹੁੰਦੀ ਆ ਜਿਹਦੇ ਹਰ ਚੱਲਦੇ ਨੇ। ਮਿਲ ਗਈਆਂ ਖੁਸ਼ੀਆਂ, ਹੋ ਗਈ ਸੱਚੇ ਪਾਤਸ਼ਾਹ ਦੀ ਮਿਹਰ, ਖੋਲੋ ਮੁੰਡਿਆ ਸਿੰਗਲ। ਮਾਸਟਰ ਜੀ, ਜਦੋਂ ਮੈਂ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਮੇਰੇ ਛੋਟੇ ਵੀਰ ਤੋਂ ਗਲਤੀ ਹੋ ਗਈ ਆ, ਮਾਫ ਕਰ ਦਿਓ ਇਸ ਵਾਰ, ਪਤਾ ਮਾਸਟਰ ਜੀ ਸੱਚੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ, ਦਇਆਲ ਸਿੰਘਾ, ਤੂੰ ਕਿਹੜੇ ਸਿੰਗਲਾਂ ਦੀ ਗੱਲ ਕਰਦਾ? ਆਹ ਦੁਨੀਆਦਾਰੀ ਦੇ ਸਿੰਗਲਾਂ ਦੀ ਗੱਲ ਕਰਦਾ? ਉਹਦੇ ਤਾਂ 84 ਵਾਲੇ ਸਿੰਗਲ ਹੀ ਕੱਟ ਦਿੱਤੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਵਧਾਈਆਂ ਮਾਸਟਰ ਜੀ, ਵਧਾਈਆਂ, ਤੁਹਾਡੇ 84 ਵਾਲੇ ਸਿੰਗਲ ਕੱਟੇ ਗਏ। ਭੱਡ ਸਾਲੇ ਖੁਸਰੇ, ਦਿਓ ਸਿੰਘਾ ਪਾਤਸ਼ਾਹ ਨਹੀਂ, ਪਾਤਸ਼ਾਹ ਮਾਇਆ ਭਾਏ, ਜਿਹਨੇ ਸਾਰਾ ਕੁਛ ਇਸ ਡੇਰੇ ਨੇ ਨਾਲ ਲਵਾ ਦਿੱਤਾ, ਜਾਂ ਕਹਿ ਆਪਣੇ ਪਾਤਸ਼ਾਹ ਨੂੰ ਕਿਹੜਾ ਇਸ ਪਾਤਸ਼ਾਹ ਦੀ ਹਿੱਕ ਤੋਂ ਲੰਘ ਕੇ ਜ਼ਮੀਨ ਵਿੱਚ ਵੜੂ, ਜਾਂ ਕਹਿ ਅਸੀਂ ਆਉਂਦੇ ਹਾਂ, ਇਹਨਾਂ ਲੋਕਾਂ ਨੂੰ ਨਾਲ ਲੈ ਕੇ ਆਉਂਦੇ ਹਾਂ, ਰਜਿਸਟਰੀ ਕਰਾਉਣ ਨਾਲ ਹੀ ਜ਼ਮੀਨ ਕਿਸੇ ਦੀ ਹੋ ਜਾਂਦੀ, ਜ਼ਮੀਨ ਉਹਦੀ ਹੁੰਦੀ ਆ ਜਿਹਦੇ ਹਰ ਚੱਲਦੇ ਨੇ, ਜ਼ਮੀਨ ਉਹਦੀ ਹੁੰਦੀ ਆ ਜਿਹਦੇ ਹਰ ਚੱਲਦੇ ਨੇ। ਆਓ ਮਾਸਟਰ ਜੀ, ਅਸੀਂ ਆਉਂਦੇ ਹਾਂ ਲੋਕਾਂ ਨੂੰ ਨਾਲ ਲੈ ਕੇ। ਸਿੰਘਾ, ਮੇਰੀਆਂ ਤੇ ਲੱਤਾਂ ਜਿਹੀਆਂ ਕੰਬੀ ਜਾਂਦੀਆਂ, ਆਹ ਕੀ ਗੱਲ ਬਣ ਗਈ? ਲੱਤਾਂ ਤਾਂ ਮੇਰੀਆਂ ਵੀ ਕੰਬੀ ਜਾਂਦੀਆਂ ਬਾਬਾ ਜੀ। ਲਿਆਓ ਟੋਨਿਕ ਟੂਨਿਕ ਕੋਈ, ਨਾਲੇ ਹੋਰ ਤਕੜੇ ਜੇ। ਮੈਂ ਟੋਨਿਕ ਲੈ ਕੇ ਆਉਂਦਾ, ਆਪਾਂ ਹੁਣੇ ਤਕੜੇ ਹੁੰਦੇ ਆ, ਗੱਲ ਕਿਹੜੀ ਆ? ਛੇਤੀ ਕਰ, ਇਕੱਠਾ ਹੋਇਆ ਹਜੂਮ ਬਹੁਤ ਭੈੜਾ ਹੁੰਦਾ। ਧਰਮ ਸਿੰਘ, ਐ ਕਰ, ਆ ਚੱਕ 2 ਲੱਖ ਰੁਪਈਆ, ਰਿਵਾਲਵਰ, ਵਾਕੀ ਟਾਕੀ ਸੈੱਟ, ਤਿੰਨਾਂ ਚੋਂ ਕੋਈ ਬਚਣਾ ਨੀ ਚਾਹੀਦਾ, ਅਖਬਾਰ ਵਾਲਾ ਨਾ ਜਿਹੜਾ, ਅਖਬਾਰ ਵਾਲਾ ਨੀ ਬਚਣਾ ਚਾਹੀਦਾ। ਅਸੀਂ ਆ ਗਏ ਇੱਥੇ ਹੀ, ਹੁਣ ਦੱਸ ਕੌਣ ਆ ਜ਼ਮੀਨ ਦਾ ਮਾਲਕ? ਜ਼ਮੀਨ ਦਾ ਮਾਲਕ ਮਾਇਆ ਮੈਂ, ਮਾਸਟਰ ਜੈ ਸਿੰਘ, ਪੁੱਤਰ ਅਮਰ ਸਿੰਘ, ਵਾਸੀ ਲੱਖਣਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਸੰਗਰੂਰ। ਹੁਣ ਇਹਨਾਂ ਡੇਰੇ 'ਚ ਕਿਸੇ ਦੀ ਮਾਂ ਰੋਟੀਆਂ ਨਹੀਂ ਪਕਾਊ, ਇਹਨਾਂ ਡੇਰੇ 'ਚ ਕਿਸੇ ਦਾ ਭਰਾ ਡੰਗਰ ਨਹੀਂ ਚਾਰੂ, ਕਿਸੇ ਦਾ ਭਰਾ ਇਹਨਾਂ ਦੀ ਖੇਤੀ ਨਹੀਂ ਕਰੂ, ਅਸੀਂ ਆਪਦੇ ਖੇਤਾਂ 'ਚ ਆਪ ਖੇਤੀ ਕਰਾਂਗੇ। ਰਜਿਸਟਰੀ ਕਰਾਉਣ ਨਾਲ ਜ਼ਮੀਨ ਕਿਸੇ ਦੀ ਨਹੀਂ ਹੁੰਦੀ, ਜ਼ਮੀਨ ਉਹਦੀ ਹੁੰਦੀ